ਲੁਧਿਆਣਾ ਦੇ ਗਿੱਲ ਰੋਡ ਦਸ਼ਮੇਸ਼ ਨਗਰ ਵਿਖੇ ਸਵਰਗੀ ਜਥੇਦਾਰ ਉਜਾਗਰ ਸਿੰਘ ਛਾਪਾ ਦੀ ਨਿੱਘੀ ਯਾਦ ਦੇ ਵਿੱਚ ਨਸ਼ਿਆਂ ਅਤੇ ਕੈਂਸਰ ਦੇ ਵਿਰੁੱਧ ਅਵੇਅਰਨੈਸ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਡਾਕਟਰਾਂ ਦੇ ਵੱਲੋਂ ਲੋਕਾਂ ਨੂੰ ਨਸ਼ਿਆਂ ਅਤੇ ਕੈਂਸਰ ਦੇ ਪ੍ਰਤੀ ਜਾਣੂ ਕਰਵਾਇਆ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦੇਸ਼ ਦਾ ਭਵਿੱਖ ਨਸ਼ਿਆਂ ਦੀ ਦਲਦਲ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਫਸਦਾ ਜਾ ਰਿਹਾ ਹੈ, ਜਿਸ ਨਾਲ ਅਨੇਕਾਂ ਹੀ ਘਰ ਬਰਬਾਦ ਹੋ ਚੁੱਕੇ ਨੇ ਅਤੇ ਉਹਨਾਂ ਨੇ ਇਸੇ ਨੂੰ ਹੀ ਧਿਆਨ ਦੇ ਵਿੱਚ ਰੱਖਦੇ ਹੋਏ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਹ ਕੈਂਪ ਲਗਾਇਆ ਹੈ। ਇਸ ਦੇ ਨਾਲ ਹੀ ਕੈਂਸਰ ਦੇ ਪ੍ਰਤੀ ਵੀ ਲੋਕਾਂ ਨੂੰ ਇਸ ਕੈਂਪ ਦੇ ਜ਼ਰੀਏ ਜਾਗਰੂਕ ਕੀਤਾ ਜਾ ਰਿਹਾ ਹੈ। ਲੁਧਿਆਣਾ ਤੋਂ ਅੱਜ ਦੀ ਆਵਾਜ਼ ਦੇ ਲਈ ਦੀਪਕ ਪੁਰੀ ਦੀ ਰਿਪੋਰਟ। ਡਾਕਟਰ ਕੋਟਨੇਸ਼ ਐਕੂਪੰਕਚਰ ਹੋਸਪਿਟਲ ਸਲੀਮ ਕਾਵਰੀ ਅਤੇ ਨਸੀਬ ਕੈਂਸਰ ਕੇਅਰ ਸੈਂਟਰ ਵੱਲੋਂ ਅਸੀਂ ਪੰਜਾਬ ਦੇ ਵਿੱਚ ਜਿੱਥੇ ਨਸ਼ਿਆਂ ਦੇ ਕੁੱਲ ਪ੍ਰਭਾਵ ਨੂੰ ਸਰਕਾਰ ਦੇ ਉੱਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉੱਥੇ ਅੱਜ ਨਵੀਂ ਇੱਕ ਚੀਜ਼ ਜਿਹੜੀ ਹੈ ਕੈਂਸਰ ਜਿਹੜਾ ਹੈ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਨਾਲ ਘੱਟ ਕਰ ਰਿਹਾ। ਜਦੋਂ ਅਸੀਂ ਆਂਕੜਿਆਂ ਦੀ ਗੱਲ ਕਰਦੇ ਸੀ ਤਾਂ ਪੰਜਾਬ ਦੇ ਵਿੱਚ ਅੱਜ 48,000 ਦੇ ਕਰੀਬ ਜਿਹੜੀ ਹੈ ਬੰਦਾ ਕੀਮੋਥੈਰੇਪੀ ਦੇ ਉੱਤੇ, ਸਰਕਾਰੀ ਆਂਕੜੇ ਕਹਿ ਰਹੇ ਹਨ। ਇਹ ਹੀ ਬਿਆਨ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸੈਂਟਰਲ ਮਿਨਿਸਟਰੀ ਵੱਲੋਂ ਦਿੱਤਾ ਗਿਆ ਹੈ। ਔਰ ਜਦੋਂ ਪੂਰੇ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਸਿਰਫ 18 ਲੱਖ ਬੰਦਾ ਹੈਗਾ ਜਿਹੜਾ ਪੂਰੇ ਇੰਡੀਆ ਦੇ ਵਿੱਚ ਕੀਮੋਥੈਰੇਪੀ 'ਤੇ, ਅਤੇ ਪੰਜਾਬ ਦੇ ਵਿੱਚ ਜਿੱਥੇ ਕੈਂਸਰ ਜਿਹੜੀ ਹੈ ਨਸ਼ੇ ਦੀ ਵਜ੍ਹਾ ਨਾਲ ਵੀ ਫੈਲ ਰਿਹਾ ਹੈ, ਦੂਜਾ ਜਿਹੜੀਆਂ ਅੱਜ ਸਾਡੀ ਆਪਾਂ ਜਿਹੜੀ ਖੁਰਾਕ ਹੈ ਪੈਸਟੀਸਾਈਡ ਜਿਹੜੀ ਖੁਰਾਕਾਂ ਹੈ ਪੈਦਾ ਕਰਨ ਲਈ ਫਸਲ ਨੂੰ ਆਪਾਂ ਜਿੰਨੀਆਂ ਵੀ ਖਾਦਾਂ ਪਾ ਰਹੇ ਹਾਂ ਉਹਦੇ ਲਈ ਜਿਹੜਾ ਸਰਕਾਰ ਦਾ ਵਿੱਚ ਦੇਖਣਾ ਪਏਗਾ ਕਿ ਉਸ ਚੀਜ਼ ਦੀ ਖਾਦ ਐਸੀ ਦਿੱਤੀ ਜਾਏ ਜਿਹਦੇ ਨਾਲ ਲੋਕਾਂ ਨੂੰ ਚੰਗੀ ਸਿਹਤ ਔਰ ਚੰਗੀ ਸਬਜ਼ੀ ਚੰਗੀ ਖੁਰਾਕ ਮਿਲ ਸਕੇ। ਅੱਜ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਚੰਗਾ ਫਰੂਟ ਖਾਂਦੇ ਹਾਂ ਚੰਗੀ ਫਸਲ ਖਾ ਰਹੇ ਹਾਂ, ਬਟ ਦੇਖਣ 'ਚ ਇਹ ਆਇਆ ਹੈ ਕਿ ਜਿਹੜੇ ਵੀ ਪੈਸਟੀਸਾਈਡ ਬੈਕਟੀਰੀਆ ਕਾਰਨ ਲਈ ਅਸੀਂ ਦਵਾਈਆਂ ਪਾਈ ਜਾਂਦੀਆਂ ਉਹਦੇ ਨਾਲ ਸਮਝ ਜਿੱਥੇ ਹੈਪੇਟਾਈਟਿਸ ਬੀ ਫੈਲਦੇ ਹੈ, HIV ਫੈਲਦੇ ਹੈ, ਇਹ ਤਾਂ ਡਰੱਗ ਦੀ ਡਰੱਗ ਇੱਕ ਸਮੱਸਿਆ ਦੇ ਨਾਲ ਵੀ ਕੈਂਸਰ ਫੈਲਦਾ ਹੈ ਕਿ ਜਿਹੜੇ ਲੋਕ ਸ਼ਰਾਬ ਲੈਂਦੇ ਨਸ਼ਾ ਲੈਂਦੇ ਨੇ ਲੀਵਰ ਦਾ ਕੈਂਸਰ ਉਹਨਾਂ ਵਿੱਚ ਹੁੰਦਾ ਹੈ। ਜਦੋਂ ਆਂਕੜੇ ਦੀ ਗੱਲ ਕਰਦੇ ਪੰਜਾਬ ਦੇ ਵਿੱਚ 48% ਫੀਮੇਲਸ ਨੂੰ ਕੈਂਸਰ ਦੀ ਪ੍ਰੋਬਲਮ ਵਿੱਚ ਆਇਆ ਹੈ, ਔਰ ਜਿੱਥੋਂ ਤੱਕ ਜਦੋਂ ਆਪਾਂ ਮੇਲ ਦੀ ਗੱਲ ਕਰਦੇ 42% ਹੈ। ਉਹਦੇ ਵਿੱਚ ਕਾਰਨ ਹੈ ਕਿ ਜੇ ਉਹਦੇ ਵਿੱਚ ਜਿਹੜੇ ਮੇਲਸ ਦੇ ਵਿੱਚ ਹੈਗੇ ਨੇ ਉਹਦੇ ਵਿੱਚ ਦੇਖਿਆ ਗਿਆ ਕਿ ਸਾਨੂੰ ਕੈਂਸਰ ਜਿਹੜਾ ਹੈਗਾ ਉਹ ਲੀਵਰ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੈ, ਜਿਹਨੂੰ ਹੈਪੇਟਾਈਟਿਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਡਰੱਗ ਦੀ ਵਜ੍ਹਾ ਨਾਲ। ਅੱਜ ਜਿੱਥੇ ਪੰਜਾਬ ਨੂੰ ਚਿੱਟੇ ਤੋਂ ਬਚਾਉਣ ਲਈ ਸਰਕਾਰ ਨੂੰ ਬੜਾ ਠੋਸ ਕਦਮ ਲੈਣ ਦੀ ਲੋੜ ਹੈ, ਅਸੈਂਬਲੀ ਵਿੱਚ ਇਹ ਚਾਹੀਦਾ ਹੈ ਕਿ ਉਸ ਖਾਸ ਦਿਨ ਮਿੱਥ ਕੇ ਪੂਰਾ ਦਿਨ ਉੱਤੇ ਚਰਚਾ ਕੀਤੀ ਜਾਏ, ਔਰ ਦੂਸਰਾ ਜਿਹੜਾ ਹੈ ਕੈਂਸਰ ਨੂੰ ਰੋਕਥਾਮ ਲਈ ਪੂਰਾ ਉਪਰਾਲਾ। ਅੱਜ ਨਸੀਬ ਕੈਂਸਰ ਸੈਂਟਰ ਸਰਦਾਰ ਜਸਵੰਤ ਸਿੰਘ ਛਾਪਾ ਜੀ ਨੇ ਜਿਹੜਾ ਇੱਕ ਪਿਛਲੇ ਕਈ ਸਮੇਂ ਤੋਂ ਇੰਡੀਅਨ ਹਰਬਲ ਮੈਡੀਸਨ ਆਯੁਰਵੈਦਿਕ ਦੇ ਨਾਲ ਕੈਂਸਰ ਦੇ ਉੱਤੇ ਰੋਕਥਾਮ ਕਰਨ ਦਾ ਯੋਗਦਾਨ ਪਾਇਆ, ਉੱਥੇ ਮੈਂ ਇਹ ਦੱਸਣਾ ਚਾਹੂੰਗਾ ਚਾਈਨਾ ਦੇ ਵਿੱਚ ਹਰਬਲ ਮੈਡੀਸਨ ਨਾਲ ਕੈਂਸਰ ਦਾ ਰੋਕ ਹੁੰਦਾ ਹੈ, ਅਤੇ ਅੱਜ ਸਾਡੀ ਦਵਾਈਆਂ ਜਿਹੜੀਆਂ ਹੈਗੀਆਂ ਉਹ ਮੌਜੂਦਾ ਸੈਂਟਰ ਸਰਕਾਰ ਵੀ ਚਾਹੁੰਦੀ ਕਿ ਆਯੁਰਵੈਦਿਕ ਕਾਮਯਾਬ ਹੋਵੇ ਉਹਦੇ ਨਾਲ ਕੰਮ। ਜਦੋਂ ਇਹਨਾਂ ਦੀ ਉਹ ਦਵਾਈ ਦੇ ਨਾਲ ਬੜਾ ਮਿਨੀਮਮ ਪੈਸੇ, ਕਿਉਂਕਿ ਇਹਨਾਂ ਨੂੰ ਅਸੀਂ ਕੈਸ਼ ਕੀਤਾ ਹੈ, ਇਹਨਾਂ ਦੇ ਇੱਕ ਉਪਰਾਲਾ ਹੈ ਕਿ ਇਹਦੀ 7-8 ਹਜ਼ਾਰ ਰੁਪਏ ਦੀ ਮੈਡੀਸਨ ਬਣਦੀ ਹੈ, ਔਰ 10-20% ਇਹਨਾਂ ਨੇ ਫਾਲਤੂ ਦਾ 11-12 ਹਜ਼ਾਰ ਰੁਪਏ ਮਹੀਨੇ ਦੇ ਵਿੱਚ ਇੱਕ ਬੰਦੇ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ, ਲੰਬਾ ਜੀਵਨ ਮਿਲ ਸਕਦਾ ਜੀਣ ਵਾਸਤੇ। ਤਾਂ ਅੱਜ ਲੋਕ ਹੈ ਸਰਕਾਰ ਨੂੰ ਇਹ ਮੈਡੀਸਨਾਂ ਆਯੁਰਵੈਦਿਕ ਨੂੰ ਪ੍ਰਮੋਟ ਕਰੇ ਤਾਂ ਕਿ ਲੋਕਾਂ ਨੂੰ ਅਸੀਂ ਚੰਗੀ ਪੰਜਾਬ ਨੂੰ ਬਚਾ ਕੇ ਚੰਗੀ ਸਿਹਤ ਦੇ ਸਕੀਏ। ਅੱਛਾ, ਅੱਜ ਅਸੀਂ ਜਿਹੜੀ ਆਪਣਾ ਨਸੀਬ ਕੈਂਸਰ ਕੇਅਰ ਸੁਸਾਇਟੀ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ, ਇਹਦੇ ਵਿੱਚ ਪਹਿਲਾਂ ਤਾਂ ਨਸ਼ਾ ਮੁਕਤੀ ਵਾਸਤੇ ਵੀ ਸੀਗਾ, ਪਰ ਜਿਵੇਂ ਡਾਕਟਰ ਸਾਹਿਬ ਨੇ ਜਾਂ ਹੋਰ ਲੋਕਾਂ ਨੇ ਗੱਲ ਕੀਤੀ ਆ ਵੀ ਨਸ਼ੇ ਦੇ ਨਾਲ ਨਾਲ ਕੈਂਸਰ ਦਾ ਰੋਗ ਇੰਨਾ ਭਿਆਨਕ ਰੂਪ ਦੇ ਵਿੱਚ ਫੈਲ ਰਿਹਾ ਵਾ, ਜਿਵੇਂ ਕਿ ਆਪਾਂ ਸਰਹੱਦੀ ਏਰੀਏ ਨੂੰ ਛੱਡ ਕੇ ਵੀ ਨਾਲ ਤੋਂ ਲੈ ਕੇ ਰਾਜਸਥਾਨ ਤੱਕ ਕੈਂਸਰ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਕੇਸ ਆਪਾਂ ਨੂੰ ਮਿਲ ਰਹੇ ਹਨ। ਪਹਿਲਾਂ ਤਾਂ ਕਿਤੇ ਕਿਤੇ ਹੁੰਦੇ ਸੀ ਕਿ ਹੁਣ ਤਾਂ ਕਰੀਬ ਹਰ ਦੂਜੇ ਇੱਕ ਤੀਜੇ ਘਰ ਦੇ ਵਿੱਚ ਇੱਕ ਦੋ ਪੇਸ਼ੈਂਟ ਸਾਨੂੰ ਮਿਲ ਰਹੇ ਹਨ, ਅਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਜਿਵੇਂ ਦੱਸਿਆ ਗਿਆ ਵੀ ਕੀਮੋਥੈਰੇਪੀ ਚੱਲ ਰਹੀ ਹੈ, ਕੀਮੋਥੈਰੇਪੀ ਨਾਲ ਵੀ ਜਿਹੜੇ ਪੇਸ਼ੈਂਟ ਨੇ ਉਹ ਠੀਕ ਨਹੀਂ ਹੁੰਦੇ ਔਰ ਲੱਖਾਂ ਰੁਪਈਆਂ ਦਾ ਖਰਚ ਹੁੰਦਾ ਹੈ, ਅਖੀਰ ਉਹਨਾਂ ਦੇ ਸਾਈਡ ਇਫੈਕਟ ਇਹਨਾਂ ਦੇ ਵੀ ਪੇਸ਼ੈਂਟ ਦੀ ਡੈਥ ਹੋ ਜਾਂਦੀ ਹੈ। ਆਪਾਂ ਉਪਰਾਲਾ ਇਹ ਕੀਤਾ ਕਿ ਆਪਾਂ ਆਯੁਰਵੈਦਿਕ ਮੈਡੀਸਨ, ਕਿਉਂਕਿ ਆਯੁਰਵੈਦ ਸਿਸਟਮ ਔਫ ਮੈਡੀਸਨ ਬੜਾ ਪੁਰਾਣਾ, ਇਹਦੇ ਨਾਲ ਹਰ ਤਰ੍ਹਾਂ ਦੇ ਰੋਗ ਦਾ ਇਲਾਜ ਕੀਤਾ ਜਾ ਸਕਦਾ ਹੈ। ਰਿਸਰਚ ਵਰਕ ਕਰਕੇ ਇਹਦੇ ਵਿੱਚ ਬੜੀਆਂ ਬੜੀਆਂ ਕੀਮਤੀ ਭਸਮਾਂ ਹੈ, ਜੜੀਆਂ ਬੂਟੀਆਂ ਨੇ ਸੀਰਪ ਵਗੈਰਾ ਪਾ ਕੇ ਹੀ ਇੱਕ ਫਾਰਮੂਲਾ ਤਿਆਰ ਕੀਤਾ ਹੈ,
जिदे नाल अं कैंसर की रोकथाम भी कर सकते हैं और जरा पहली दूजी स्टेज वाला कैंसर है उन्होंने काफ़ी हद तक आप क्योर कर सकते हैं केयर कर सकते हैं। अजी सरकार ने कई बार पहला भी लिखा कहा भी है कि सानू अपने आप तुसी आ सहयोग दो सानू घट्टो घट पैनल ते लै आओ आयुष्मान एक स्कीम है जिदे विच सारा खर्चा पंजाब सरकार ही जां सेंटर गवर्नमेंट करती है ते उहदे विच साडा टाइअप कर लैंदे सानू भी फायदा हो जाएगा पेशेंट नू बहुत ज़्यादा फायदा हो जाएगा। कोशिश साडी जारी है आयुष डिपार्टमेंट ऑफ इंडिया दे नाल भी साडी गलबात होई सी वो भी हाल ही मतलब विचे विच चलती पई है अगर टाइअप हो जाए तो ये जो लोगों को बहुत ज़्यादा फायदा हो जाएगा क्योंकि हर घर में कैंसर तो है ही है। ठीक है।